इंडिया कॉलिंग तुहाडा स्वागत है। अज असी बड़ी गंभीर मुद्दे ते गल करन वाले हां, जिहड़ा करोना महामारी दे चलदे जिहड़ा बड़ा इंपोर्टेंट रहा, जिहड़ा हैगा सीगा जिहड़ा प्रवासी मजदूरां दा, माइग्रेंट लेबर्स दा, अलग अलग स्टेटां तों अलग अलग राज्यां तों जिहड़ी माइग्रेट हुई लेबर, उस मुद्दे ते गल करन वास्ते साडे नाल अज हैगे ओंकारनाथ जी, जिहड़े बड़े सीनियर अफसर रहे ने सीए जी दे, और जिहड़ा अखीरला उन्हां दा पोजिशन रही और अडिशनल डिप्टी सीए जी वो सेवानिवृत्त होए ने, ते कई स्टेटां च उन्हां ने काफ़ी अपना अपना योगदान दिता इस डिपार्टमेंट, ते वो साडे नाल अज हैगे, उन्हां दा असीं स्वागत करदे हां ते इस मुद्दे ते उन्हां नाल गल करांगे। ओंकार जी, जिहड़ा है मुद्दा माइग्रेंट लेबर्स दा रहा, उसकी बेसिकली है महामारी दे चलदे एक इंट्रोडक्शन तुहाडे वल्लों चाहवांगे कि यह चैलेंज बनिया कि ਰਕੇਸ਼ ਜੀ। ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਤੁਹਾਨੂੰ ਪਤਾ ਹੀ ਆ, ਸਾਰੇ ਮੀਡੀਆ ਦੇ ਵਿੱਚ ਆਇਆ ਕਿ ਕਰੋਨਾ ਦੀ ਬਿਮਾਰੀ ਜਨਵਰੀ ਫਰਵਰੀ ਦੇ ਵਿੱਚ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕੀ ਸੀ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਕੇਸ ਜਿਹੜਾ ਆਇਆ ਉਹ 29 ਜਨਵਰੀ ਨੂੰ ਆਇਆ, ਔਰ ਉਸਦੇ ਨਾਲ ਨਾਲ ਜਿਹੜੇ ਵਰਲਡ ਹੈਲਥ ਔਰਗਨਾਈਜੇਸ਼ਨ ਹੈ ਉਹਨਾਂ ਨੇ ਵੀ ਦਿਸ਼ਾ ਨਿਰਦੇਸ਼ ਦੇ ਦਿੱਤੇ, ਔਰ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਹੈ ਕਿ ਇੱਕ ਮਹਾਂਮਾਰੀ ਹੈ, ਪੈਂਡੇਮਿਕ ਹੈ। ਅਤੇ ਪੈਂਡੇਮਿਕ ਦਾ ਮਤਲਬ ਹੁੰਦਾ ਕਿ ਇਹਦੀਆਂ ਜੋ ਵੀ ਜ਼ਰੂਰੀ ਕਦਮ ਚੁੱਕਣੇ ਹੁੰਦੇ ਆ, ਜਿਹਦੇ ਨਾਲ ਜਿਹਦੇ ਵਿੱਚ ਲੋਕਡਾਊਨ ਵੀ ਸ਼ਾਮਿਲ ਹੈ, ਉਹ ਭਾਰਤ ਸਰਕਾਰ ਨੂੰ ਸਮੇਂ ਸਿਰ ਜ਼ਰੂਰੀ ਕਦਮ ਚੱਕੇ ਇਹਨੂੰ ਲਗਾਉਣਾ ਬਣਦਾ ਸੀਗਾ। ਲੇਕਿਨ ਇਹਨਾਂ ਨੇ ਤਕਰੀਬਨ ਭਾਰਤ ਸਰਕਾਰ ਨੇ 2 ਮਹੀਨੇ ਦਾ ਵਕਫਾ ਲੈ ਲਿਆ ਅਤੇ ਅਲਟੀਮੇਟਲੀ 24 ਮਾਰਚ ਨੂੰ ਲੋਕਡਾਊਨ ਲਗਾਇਆ, ਜਿਹੜਾ ਕਿ ਮੈਂ ਸਮਝਦਾ ਕਿ ਉਸ ਤੋਂ ਬਹੁਤ ਸਮਾਂ ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ, ਕਿਉਂਕਿ ਇੱਕ ਬਹੁਤ ਵੱਡੀ ਮਹਾਂਮਾਰੀ ਸੀ ਜਿਹਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਇਹਨੂੰ ਨਜਿੱਠਣ ਦੇ ਲਈ ਜ਼ਰੂਰੀ ਕਦਮ ਚੁੱਕਣੇ ਬਣਦੇ ਸਨ। ਲੇਕਿਨ ਬਹੁਤ ਸਾਰੀਆਂ ਕੁਛ ਰਾਜਨੀਤਿਕ ਘਟਨਾਵਾਂ ਕਰਕੇ ਇਹਨੂੰ ਸਮੇਂ ਸਿਰ ਲਾਗੂ ਨਹੀਂ ਕੀਤਾ ਗਿਆ, ਜੋ ਕਿ ਇੱਕ ਬਹੁਤ ਅੱਛੀ ਗੱਲ ਨਹੀਂ ਹੈ। ਔਰ ਇਹਦੇ ਨਾਲ ਇੱਕ ਇਹ ਹੋਇਆ ਕਿ ਬਈ ਜਿਹੜਾ ਕਿ ਜਿਹੜੇ ਮੈਡੀਕਲ ਸਾਧਨ ਸੀਗੇ ਜਾਂ ਹੈਲਥ ਦੇ ਵਿੱਚ ਜਿਹੜੇ ਵੀ ਪੀਪੀ ਕਿੱਟਾਂ ਸੀਗੀਆਂ ਜਾਂ ਹਸਪਤਾਲਾਂ ਦੀ ਉਪਲਬਧਤਾ ਹੋਣੀ ਸੀ ਜਾਂ ਜੋ ਬੈੱਡ ਇਹਨਾਂ ਨੇ ਤਿਆਰ ਕਰਨੇ ਸੀਗੇ ਉਹ ਪੂਰੇ ਤਿਆਰ ਨਹੀਂ ਹੋਏ, ਔਰ ਇਹਦੇ ਨਾਲ ਨਾਲ ਇੱਕ ਇਹ ਵੀ ਹੋਇਆ ਕਿ ਵੀ ਜੋ ਅਦਾਰੇ ਬੰਦ ਕਰਨੇ ਬਣਦੇ ਸੀਗੇ ਜਾਂ ਮਾਰਕੀਟ ਸੀਗੀਆਂ ਜਾਂ ਇੰਡਸਟਰੀ ਸੀ ਜਾਂ ਐਗਰੀਕਲਚਰ ਸੀ ਜਾਂ ਵਪਾਰ ਸੀ, ਉਹ ਵੀ ਇਹਨਾਂ ਦੇ ਅਗਰ ਪੂਰੀ ਯੋਜਨਾ ਦੇ ਨਾਲ ਕੀਤਾ ਗਿਆ ਹੁੰਦਾ, ਪੂਰੀ ਸਰਕਾਰਾਂ ਦੇ ਨਾਲ, ਰਾਜ ਸਰਕਾਰਾਂ ਦੇ ਨਾਲ, ਤਾਂ ਸ਼ਾਇਦ ਇਹ ਜੋ ਇੰਨੀ ਵੱਡੀਆਂ ਸਮੱਸਿਆਵਾਂ ਆਈਆਂ ਸ਼ਾਇਦ ਨਾ ਆਉਂਦੀਆਂ। ਔਰ ਇੱਕ ਇਸ ਇਹਦੇ ਬਾਰੇ ਰਾਜ ਸਰਕਾਰਾਂ ਨੇ ਵੀ ਔਰ ਕੇਂਦਰ ਸਰਕਾਰ ਨੇ ਵੀ ਆਪਣੇ ਬਹੁਤ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਆਪਣੀ ਹਿੱਕ ਥੱਪੜੀ ਅਲੱਗ ਅਲੱਗ ਜਿਹਨੂੰ ਕਹਿੰਦੇ ਟੀਵੀ ਦੇ ਉੱਪਰ ਡਿਬੇਟਸ ਹੋ ਰਹੇ ਸੀਗੇ ਕਿ ਅਸੀਂ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਲਈ ਬਹੁਤ ਤਿਆਰ ਹਾਂ। ਉਹ ਜਦੋਂ ਬਾਕੀ ਘਟਨਾਵਾਂ ਹੋਈਆਂ ਤਾਂ ਇਹ ਪਤਾ ਲੱਗਿਆ ਕਿ ਸ਼ਾਇਦ ਸਾਡੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਇਸ ਮਹਾਂਮਾਰੀ ਨੂੰ, ਇਸ ਬਿਮਾਰੀ ਨੂੰ ਹੱਲ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਔਰ ਇਹਦੇ ਨਾਲ ਹੀ ਜਦੋਂ ਇਹਦੇ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਆਪਣੀ ਜਿੱਤ ਬਾਰੇ ਕਿ ਅਸੀਂ ਮਹਾਂਮਾਰੀ 'ਤੇ ਕਾਬੂ ਪਾ ਲਿਆ ਹੈ ਜਾਂ ਅਸੀਂ 18 ਦਿਨਾਂ ਦੇ ਵਿੱਚ ਜਾਂ 21 ਦਿਨਾਂ ਦੇ ਵਿੱਚ ਕਾਬੂ ਪਾ ਲਾਂਗੇ, ਔਰ ਅੱਜ ਤਕਰੀਬਨ 6-7 ਮਹੀਨੇ ਹੋ ਚੁੱਕੇ ਹਨ ਕਿ ਇਹ ਬਿਮਾਰੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਆ। ਔਰ ਇਹਦੇ ਨਾਲ ਇੱਕ ਇੱਦਾਂ ਦਾ ਮੁੱਦਾ ਉੱਠਿਆ ਜਿਹੜਾ ਕਿ ਬਹੁਤ ਹੀ ਗੰਭੀਰ ਰੂਪ ਦਾ ਧਾਰਨ ਕਰ ਗਿਆ, ਅਤੇ ਇੱਕ ਸਮਾਂ ਇਸ ਤਰ੍ਹਾਂ ਆਇਆ ਕਿ ਬਹੁਤ ਸਾਰੇ ਮਜ਼ਦੂਰ ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ 'ਤੇ ਇਕੱਠੇ ਹੋ ਗਏ, ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸ਼ਾਇਦ ਸੂਚਨਾ ਮਿਲ ਗਈ ਕਿ ਉਹਨਾਂ ਨੂੰ ਆਪਣੇ ਜੱਦੀ ਸੂਬਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਲੇਕਿਨ ਉਸ ਵੇਲੇ ਸਰਕਾਰਾਂ ਵੀ ਹਿੱਲ ਗਈਆਂ, ਔਰ ਜਿਹੜਾ ਪੁਲਿਸ ਪ੍ਰਸ਼ਾਸਨ ਸੀਗਾ ਉਹ ਵੀ ਹਫੜਾ ਤਫੜੀ ਦੀ ਸਥਿਤੀ ਦੇ ਵਿੱਚ ਸੀਗਾ, ਔਰ ਪੂਰਾ ਭਾਰਤ ਇਸ ਇੱਕ ਭਿਆਨਕ ਔਰ ਦਰਦਨਾਕ ਦ੍ਰਿਸ਼ ਨੂੰ ਦੇਖ ਰਿਹਾ ਸੀਗਾ। ਔਰ ਇਹਨਾਂ ਘਟਨਾਵਾਂ ਤੋਂ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਸਾਡੀ ਸਰਕਾਰਾਂ, ਚਾਹੇ ਕੇਂਦਰ ਦੀ ਹੋਵੇ ਚਾਹੇ ਰਾਜਾਂ ਦੀ ਹੋਵੇ, ਉਹਨਾਂ ਨੇ ਸਮੇਂ ਸਿਰ ਇਹ ਸਮੱਸਿਆਵਾਂ ਨੂੰ ਸ਼ਾਇਦ ਉਹਨਾਂ ਨੇ ਫੋਰਸ ਹੀ ਨਹੀਂ ਕੀਤਾ, ਸ਼ਾਇਦ ਉਹਨਾਂ ਇਸ ਚੀਜ਼ ਦਾ ਕਿਆਸ ਨਹੀਂ ਸੀਗਾ। ਜੇ ਉਹਨਾਂ ਨੇ ਕੁਛ ਗੱਲਾਂ ਬਾਤਾਂ ਕੀਤੀਆਂ ਹੁੰਦੀਆਂ, ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਹੁੰਦਾ, ਸ਼ਾਇਦ ਇਸ ਸਥਿਤੀ ਤੋਂ ਬਚਿਆ ਜਾ ਸਕਦਾ।
ਇਹਦੇ ਨਾਲ ਜੋ ਉਸ ਤੋਂ ਬਾਅਦ ਇੱਕ ਹੋਰ ਸਮੱਸਿਆ ਜੋ ਆਈ ਕਿ ਉਹਨਾਂ ਨੇ ਸਮੱਸਿਆ ਤਾਂ ਸਾਹਮਣੇ ਆ ਗਈ ਲੇਕਿਨ ਫਿਰ ਵੀ ਉਸਦਾ ਜਲਦੀ ਹੱਲ ਨਹੀਂ ਕੀਤਾ ਗਿਆ। ਔਰ ਇਹ ਬੜਾ ਜ਼ਰੂਰੀ ਸੀਗਾ ਕਿ ਜਦੋਂ ਉਹ ਆਪਣੇ ਰਾਜਾਂ ਨੂੰ ਜਾਣਾ ਚਾਹੁੰਦੇ ਸੀਗੇ, ਉਹਨਾਂ ਦੇ ਠੇਕੇਦਾਰਾਂ ਨੇ, ਉਹਨਾਂ ਦੇ ਉਦਯੋਗਪਤੀਆਂ ਨੇ, ਉਹਨਾਂ ਦੇ ਜੇ ਜ਼ਿਮੀਂਦਾਰਾਂ ਨੇ ਔਰ ਉਹਨਾਂ ਜਿਹੜੇ ਵਪਾਰ ਜਿੱਥੇ ਵੀ ਕੰਮ ਕਰਦੇ ਸੀਗੇ, ਉਹਨਾਂ ਨੇ ਉਹਨਾਂ ਨੂੰ ਆਪਣੇ ਕੰਮਾਂ ਤੋਂ ਲਾਂਭੇ ਕਰ ਦਿੱਤਾ। ਕਿਉਂ? ਔਰ ਉਹਨਾਂ ਮਜ਼ਦੂਰਾਂ ਦੇ ਕੋਲ, ਕਿਉਂਕਿ ਬਹੁਤ ਗਰੀਬ ਸੀਗੇ, ਉਹਨਾਂ ਦੇ ਕੋਲ ਪੂਰੇ ਸਾਧਨ ਨਹੀਂ ਸੀ, ਪੈਸੇ ਨਹੀਂ ਸੀ, ਰਹਿਣ ਲਈ ਜਗ੍ਹਾ ਨਹੀਂ ਸੀ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਇਹ ਮਹਾਂਮਾਰੀ ਪਤਾ ਨਹੀਂ ਕਿੰਨੀ ਦੇਰ ਚੱਲਣੀ ਆ, ਅਤੇ ਉਹਨਾਂ ਨੇ ਆਪਣੇ ਸੂਬਿਆਂ ਨੂੰ ਜਾਣਾ ਬਿਹਤਰ ਸਮਝਿਆ। ਲੇਕਿਨ ਸਰਕਾਰਾਂ ਨੇ ਉਹਨਾਂ ਦੇ ਆਪਣੇ ਵਾਪਸ ਜਿਹੜੇ ਜੱਦੀ ਸੂਬਿਆਂ ਨੂੰ ਵਾਪਸ ਜਾਣ ਦੇ ਲਈ ਨਾ ਗੱਡੀਆਂ ਦਾ ਪ੍ਰਬੰਧ ਕੀਤਾ, ਨਾ ਬੱਸਾਂ ਦਾ ਪ੍ਰਬੰਧ ਕੀਤਾ। ਇਹ ਅਕਸਰ ਦੇਖਣ ਨੂੰ ਆਇਆ ਟੀ ਵੀ ਦੇ ਉੱਪਰ ਵੀ, ਅਖਬਾਰਾਂ ਦੇ ਵਿੱਚ ਵੀ, ਕਿ ਜਿਹੜੇ ਇਹ ਰੇਲ ਗੱਡੀਆਂ ਵੀ ਸੀਗੀਆਂ ਸਰਕਾਰ ਦੀਆਂ, ਜੋ ਕਿ ਉਪਲਬਧ ਸੀਗੀਆਂ, ਉਹ ਚੱਲ ਨਹੀਂ ਸੀ ਰਹੀਆਂ, ਔਰ ਰਾਜ ਸਰਕਾਰਾਂ ਦੇ ਕੋਲ ਜਿਹੜੀਆਂ ਆਪਣੀਆਂ ਬੱਸਾਂ ਵੀ ਸੀਗੀਆਂ, ਉਹਨਾਂ ਦਾ ਪ੍ਰਬੰਧ ਬਿਨਾਂ ਕਿਸੇ ਦੇਰੀ ਤੋਂ ਮੇਰਾ ਖਿਆਲ 4-5-6 ਦਿਨ ਦੇ ਵਿੱਚ, 8 ਦਿਨ ਦੇ ਵਿੱਚ ਕੀਤਾ ਜਾ ਸਕਦਾ ਸੀ, ਲੇਕਿਨ ਉਹ ਨਹੀਂ ਕੀਤਾ। ਔਰ ਸਰਕਾਰਾਂ ਆਪਣੇ ਰਾਜਨੀਤਿਕ ਮਨੋਰਥਾਂ ਦੀ ਖਾਤਰ, ਆਪਣੇ ਇੱਕ ਲੜਾਈ ਦੀ ਸਥਿਤੀ ਦੇ ਵਿੱਚ ਦਿਖੀਆਂ ਕਿ ਇਹਨਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਨੇ ਇਹਨੂੰ ਇੱਕ ਸ਼ਾਇਦ ਰਾਜਨੀਤਿਕ ਅਖਾੜੇ ਦੇ ਤੌਰ 'ਤੇ ਵਰਤਿਆ ਕਿ ਕਈ ਰਾਜਾਂ ਦੇ ਵਿੱਚ ਇਲੈਕਸ਼ਨ ਆਉਣ ਵਾਲੀਆਂ ਸੀ ਜਾਂ ਅਗਲੀ ਕਿਤੇ ਵੀ ਇਲੈਕਸ਼ਨ ਆਉਣੀ ਹੈ, ਅਤੇ ਅਸੀਂ ਉਹਨਾਂ ਨੂੰ ਆਪਣੇ ਰਾਜਨੀਤਿਕ ਮਨੋਰਥਾਂ ਦੇ ਲਈ ਉਹਨਾਂ ਨੂੰ ਕਿਵੇਂ ਵਰਤਾਂਗੇ। ਅਤੇ ਗੱਡੀਆਂ ਉਪਲਬਧ ਹੋਣ ਦੇ ਬਾਵਜੂਦ ਵੀ, ਰੇਲ ਗੱਡੀਆਂ, ਬੱਸਾਂ ਉਪਲਬਧ ਹੋਣ ਦੇ ਬਾਵਜੂਦ ਵੀ, ਤਕਰੀਬਨ 2 ਮਹੀਨੇ ਲਗਾਤਾਰ ਮਜ਼ਦੂਰ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ, ਆਪਣੇ ਬਜ਼ੁਰਗਾਂ ਦੇ ਨਾਲ, ਆਪਣੀਆਂ ਔਰਤਾਂ ਦੇ ਨਾਲ ਰਸਤੇ 'ਤੇ ਚੱਲਦੇ ਰਹੇ, ਭੁੱਖੇ ਅਤੇ ਹਾਏ। ਔਰ ਬਹੁਤ ਸਾਰੇ ਲੋਕ ਰਸਤੇ ਦੇ ਵਿੱਚ ਉਹਨਾਂ ਉਹ ਮਰ ਵੀ ਗਏ, ਕੁਛ ਹਾਦਸਿਆਂ ਦਾ ਸ਼ਿਕਾਰ ਵੀ ਹੋ ਗਏ। ਔਰ ਇੰਨੀ ਸ਼ਾਇਦ ਇਹ ਜਿਹੜੀ ਸਥਿਤੀ ਹੈ ਪੂਰੀ ਦੁਨੀਆ ਨੇ ਦੇਖੀ ਆ, ਔਰ ਇਹਦਾ ਇੱਕ ਬਹੁਤ ਹੀ ਗਲਤ ਸੁਨੇਹਾ ਪੂਰੀ ਦੁਨੀਆ ਨੂੰ ਗਿਆ ਹੈ, ਪੂਰੀ ਹਿੰਦੁਸਤਾਨ ਦੀ ਜਨਤਾ ਨੂੰ ਗਿਆ ਹੈ। ਔਰ ਇਹ ਐਸਾ ਸੁਨੇਹਾ ਹੈ ਕਿ ਜਿਹੜਾ ਇਹ ਲੱਗਦਾ ਹੈ ਕਿ ਅਸੀਂ ਸ਼ਾਇਦ ਮਜ਼ਦੂਰਾਂ ਦੇ ਪ੍ਰਤੀ, ਸਾਡੀਆਂ ਸਰਕਾਰਾਂ ਗੰਭੀਰ ਨਹੀਂ ਹਨ ਉਹਨਾਂ ਦੇ ਮਸਲਿਆਂ ਦੇ ਹੱਲ ਕਰਨ ਦੇ ਲਈ। ਔਰ ਇੱਕ ਪਾਸੇ ਅਸੀਂ ਕਹਿੰਦੇ ਕਿ ਅਸੀਂ ਵਿਸ਼ਵ ਗੁਰੂ ਹੈ, ਅਸੀਂ ਵਿਸ਼ਵ ਕਲਿਆਣ ਦੀ ਗੱਲ ਕਰਦੇ ਹਾਂ, ਔਰ 5 ਟ੍ਰਿਲੀਅਨ ਇਕੋਨਮੀ ਦੀ ਗੱਲ ਕਰਦੇ ਹਾਂ, ਔਰ ਦੂਜੇ ਪਾਸੇ ਅਸੀਂ PM ਕੇਅਰਸ ਬਣਾਉਂਦੇ ਹਾਂ, ਔਰ PM ਕੇਅਰਸ ਦੇ ਵਿੱਚ ਵੀ ਜਿਹੜਾ ਪੈਸਾ ਆਉਂਦਾ ਆ, ਜਾਂ ਇੱਕ ਜਿਹੜਾ ਆਪਣੇ ਵਰਕਰਸ ਫੰਡ ਹੈਗਾ, ਕੰਸਟਰਕਸ਼ਨ ਐਂਡ ਅਦਰ ਵਰਕਰਸ ਵੈਲਫੇਅਰ ਫੰਡ ਹੈ, ਜੋ ਕਿ ਮਜ਼ਦੂਰਾਂ ਦੀ ਭਲਾਈ ਦੇ ਲਈ ਹੀ ਵਰਤਿਆ ਜਾਣਾ ਹੈ, ਉਹ ਪੈਸਾ ਵੀ ਇਹਨਾਂ ਨੂੰ ਵਾਪਸ ਜੱਦੀ ਇਹਨਾਂ ਦੇ ਇਲਾਕਿਆਂ ਦੇ ਵਿੱਚ, ਜੱਦੀ ਸੂਬਿਆਂ ਦੇ ਵਿੱਚ, ਜੱਦੀ ਰਾਜਾਂ ਦੇ ਵਿੱਚ ਜਾਣ ਦੇ ਲਈ ਵਰਤਿਆ ਨਹੀਂ ਗਿਆ, ਔਰ ਇਹਨਾਂ ਨੂੰ ਭੁੱਖ ਨਪਾਣੇ ਇਹਨਾਂ ਨੂੰ ਜਾਣਾ ਪਿਆ। ਔਰ ਇੱਕ ਹੋਰ ਗੱਲ ਜਿਹੜੀ ਮੈਂ ਇਹਦੇ ਵਿੱਚ ਕਹਿਣੀ ਚਾਹੁੰਦਾ ਕਿ ਜਿਹੜੀ ਸੁਪਰੀਮ ਕੋਰਟ ਹੈ, ਉਹਨੇ ਵੀ, ਉਹਦੇ ਕੋਲ ਇੱਕ ਤਾਕਤ ਹੈ, ਉਹਦੇ ਕੋਲ ਇੱਕ ਸ਼ਕਤੀ ਹੈ, ਉਹਦੇ ਕੋਲ ਇੱਕ ਅਥਾਰਟੀ ਹੈ ਕਿ ਜਦੋਂ ਵੀ ਇੱਦਾਂ ਦੀ ਕੋਈ ਗੰਭੀਰ ਸਮੱਸਿਆ ਆਉਂਦੀ ਆ, ਇਹਨਾਂ ਨੇ ਸਮੱਸਿਆ ਦੀ ਗੰਭੀਰਤਾ ਦੇ ਮੱਦੇਨਜ਼ਰ ਸੁਪਰੀਮ ਕੋਰਟ, ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਜਾਂ ਸੰਬੰਧਿਤ ਜਿਹੜੇ ਵੀ ਅਧਿਕਾਰੀ ਹਨ, ਅਥਾਰਟੀਜ਼ ਹਨ, ਉਹਨਾਂ ਨੂੰ ਆਦੇਸ਼ ਦੇ ਸਕਦੀ ਹੈ ਕਿ ਬਿਨਾਂ ਦੇਰੀ ਤੋਂ ਕਿਸੇ ਵੀ ਜੋ ਵੀ ਸਮੱਸਿਆ ਸਾਹਮਣੇ ਆਈ ਉਹਦਾ ਹੱਲ ਕੀਤਾ ਜਾਵੇ। ਲੇਕਿਨ ਸੁਪਰੀਮ ਕੋਰਟ ਵੀ 2 ਮਹੀਨੇ ਇਹ ਸਾਰੇ ਦ੍ਰਿਸ਼ ਨੂੰ ਦੇਖਦੀ ਰਹੀ, ਔਰ ਬਾਅਦ ਦੇ ਵਿੱਚ ਕੁਛ ਲੋਕਾਂ ਦੇ ਅਪੀਲ ਕਰਨ 'ਤੇ ਜਾਂ ਲੋਕਾਂ ਦੇ ਜਦੋਂ ਇਹ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ, ਅਤੇ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਹੋਈਆਂ, ਅਤੇ 2 ਮਹੀਨਿਆਂ ਬਾਅਦ ਜਾ ਕੇ ਇਹਨਾਂ ਨੇ ਜਿਹੜੀਆਂ ਸ਼੍ਰਮਿਕ ਜਿਹੜੀਆਂ ਮਜ਼ਦੂਰਾਂ ਦੇ ਲਈ ਟ੍ਰੇਨ ਸੀਗੀਆਂ, ਗੱਡੀਆਂ ਸੀਗੀਆਂ, ਉਹ ਚਲਾਉਣ ਦਾ ਫੈਸਲਾ ਕੀਤਾ। ਚੈਲੇਂਜਸ ਜਿਹੜੇ ਅਰੇਂਜਮੈਂਟ ਵੀ ਹੋਏ, ਉਹਦੇ ਅੰਦਰ ਕੋਈ ਕਲਾਸ ਡਿਫਰੈਂਸ ਦੀ ਗੱਲ ਹੋਈ ਔਰ ਮਜ਼ਦੂਰਾਂ ਦੀ ਜਿਹੜੀ ਗੱਲ ਹੈ ਉਹ ਇਸ ਗੱਲ ਦੇ ਵਿਚਕਾਰ ਕਿਤੇ ਬਹੁਤ ਜ਼ਿਆਦਾ ਮਿਸ ਹੋਈ, ਅਤੇ ਉਹਦੇ ਕਰਕੇ ਜਿਹੜੀ ਕ੍ਰਾਈਸਿਸ ਹੈ ਉਹ ਬਹੁਤ ਸੀਰੀਅਸ ਹੋ ਗਈ। ਰਕੇਸ਼ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਾਸੇ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਨੇ ਸਰਕਾਰ ਨੇ ਬੰਦੇ ਭਾਰਤ ਮਿਸ਼ਨ ਦੇ ਅਧੀਨ ਜਿਹੜੇ ਹਿੰਦੁਸਤਾਨ ਦੇ ਵਿੱਚ ਲੋਕ ਫਸੇ ਸੀ ਉਹਨਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜਿਆ, ਇੰਗਲੈਂਡ ਹੋਵੇ ਜਾਂ ਅਮਰੀਕਾ ਹੋਵੇ ਜਾਂ ਕਨੇਡਾ ਆਸਟ੍ਰੇਲੀਆ ਹੋਵੇ, ਬਹੁਤ ਸਾਰੀਆਂ ਫਲਾਈਟਸ ਉਹਨਾਂ ਦੇ ਲਈ ਚਲਾਈਆਂ। ਇਸੇ ਤਰ੍ਹਾਂ ਹੀ ਜਿਹੜੇ ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਭਾਰਤੀ ਫਸੇ ਸੀਗੇ, ਚਾਹੇ ਉਹ ਨਾਗਰਿਕ ਸੀਗੇ, ਚਾਹੇ ਉਹ ਬਿਜ਼ਨਸਮੈਨ ਸੀ, ਚਾਹੇ ਉਹ ਵਿਦਿਆਰਥੀ ਸੀਗੇ, ਉਹਨਾਂ ਨੂੰ ਬੰਦੇ ਭਾਰਤ ਮਿਸ਼ਨ ਦੇ ਰਾਹੀਂ ਸਰਕਾਰ ਨੇ ਹਵਾਈ ਜਹਾਜ਼ਾਂ ਦੇ ਰਾਹੀਂ ਭਾਰਤ ਵਿੱਚ ਉਹਨਾਂ ਨੂੰ ਲਿਆਂਦਾ। ਔਰ ਇਹਦੇ ਨਾਲ ਹੀ ਕੁਛ ਵਿਦਿਆਰਥੀ ਜਿਹੜੇ ਰਾਜਸਥਾਨ ਕੋਟਾ ਵਿੱਚ ਕੋਚਿੰਗ ਕਰਨ ਲਈ ਗਏ ਸਨ,
ਉਹਨਾਂ ਨੂੰ ਵੀ ਸਪੈਸ਼ਲ ਬੱਸਾਂ ਦੇ ਰਾਹੀਂ, ਏਸੀ ਬੱਸਾਂ ਦੇ ਰਾਹੀਂ, ਵੋਲਵੋ ਬੱਸਾਂ ਦੇ ਰਾਹੀਂ ਉਹਨਾਂ ਨੂੰ ਆਪਣੇ ਆਪਣੇ ਰਾਜਾਂ ਦੇ ਵਿੱਚ, ਚਾਹੇ ਮੱਧ ਪ੍ਰਦੇਸ਼ ਸੀ ਜਾਂ ਰਾਜਸਥਾਨ ਸੀ ਜਾਂ ਯੂਪੀ ਸੀਗਾ ਚਾਹੇ ਬਿਹਾਰ ਸੀਗਾ, ਉਹਨਾਂ ਨੂੰ ਉੱਥੇ ਪਹੁੰਚਾਇਆ। ਔਰ ਇਹਦੇ ਤੋਂ ਇਹ ਲੱਗਦਾ ਕਿ ਇਹ ਜਿਹੜਾ ਸਾਰਾ ਕੁਛ ਸਰਕਾਰ ਇਹ ਕਰ ਸਕੀ, ਇਹ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਤੋਂ ਬਿਨਾਂ ਔਰ ਅਲੱਗ ਅਲੱਗ ਜਿਹੜੀਆਂ ਏਜੰਸੀਆਂ ਨੇ ਜੋ ਕਰਨਾ ਸੀ ਉਹਦੇ ਤੋਂ ਤਾਲਮੇਲ ਤੋਂ ਬਿਨਾਂ ਔਰ ਕੋਪਰੇਸ਼ਨ ਤੋਂ ਬਿਨਾਂ ਸੰਭਵ ਨਹੀਂ ਸੀਗਾ। ਇਹ ਪੂਰੀ ਪਲੈਨਿੰਗ ਦੇ ਨਾਲ ਹੋਇਆ ਔਰ ਇਹ ਬਹੁਤ ਅੱਛੀ ਗੱਲ ਹੈ। ਲੇਕਿਨ ਇਹ ਜੋ ਅੱਛੀ ਗੱਲ ਆਪਣੇ ਭਾਰਤੀ ਨਾਗਰਿਕਾਂ ਨੂੰ ਜੋ ਕਿ ਅਮੀਰ ਸੀਗੇ, ਜੋ ਕਿ ਪੈਸਾ ਖਰਚ ਕਰ ਸਕਦੇ ਸੀਗੇ, ਉਹਨਾਂ ਲਈ ਤਾਂ ਯੋਜਨਾ ਕੇਂਦਰ ਸਰਕਾਰ ਨੇ ਵੀ ਔਰ ਰਾਜ ਸਰਕਾਰਾਂ ਨੇ ਵੀ ਬਣਾਤੀ ਬੜੀ ਜਲਦੀ ਜਲਦੀ। ਲੇਕਿਨ ਇਹੋ ਜਿਹੀ ਚਿੰਤਾ, ਇਹੋ ਜਿਹੀ ਯੋਜਨਾ, ਇਹੋ ਜਿਹਾ ਫਿਕਰ ਸ਼ਾਇਦ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਕੋਲ ਉਹਨਾਂ ਦੇ ਲਈ ਇੱਦਾਂ ਦੀ ਚਿੰਤਾ ਨਾ ਚਿੰਤਾ ਸੀ ਨਾ ਫਿਕਰ ਸੀਗਾ, ਜਿਸ ਕਰਕੇ ਇਹ 2 ਮਹੀਨੇ ਤਕਰੀਬਨ ਕਰੋੜਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਸੜਕਾਂ ਦੇ ਧੱਕੇ ਖਾਂਦੇ ਰਹੇ ਔਰ ਭੁੱਖ ਦੇ ਨਾਲ ਔਰ ਪਿਆਸ ਦੇ ਨਾਲ ਵਿਲਕਦੇ ਰਹੇ ਔਰ ਉਹਨਾਂ ਦੀ ਕਿਸੇ ਨੇ ਪੁੱਛ ਪ੍ਰਤੀਤ ਨਹੀਂ ਕੀਤੀ। ਤੁਹਾਨੂੰ ਕੀ ਲੱਗਦਾ ਹੈ ਸਰਕਾਰਾਂ ਦੀ ਥਾਂ 'ਤੇ ਕਮੀ ਰਹੀ, ਬਟ ਇੱਕ ਚੀਜ਼ ਦੇਖਣ ਨੂੰ ਆਈ ਕਿ ਜਿਹੜਾ ਸੋਸ਼ਲ ਆਰਗਨਾਈਜੇਸ਼ਨ ਜਾਂ NGOs ਜਿਹੜੀਆਂ ਉਹਨਾਂ ਦਾ ਬਹੁਤ ਕੰਸਟਰਕਟਿਵ ਰੋਲ ਆ ਹਿਊਮੈਨਿਟੀ ਵੱਲ, ਔਰ ਬਟ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਅੱਛੀ ਗੱਲ ਕੀਤੀ ਕਿ ਮਜ਼ਦੂਰ ਜਿਹੜਾ ਇਕੋਨਮੀ ਦੇ ਅੰਦਰ ਕੰਟਰੀਬਿਊਟ ਕਰਦਾ ਉਹਦੇ ਵਾਸਤੇ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ, ਅਤੇ ਉਸ ਜਿਹੜੇ ਤੁਸੀਂ ਹੁਣ ਐਕਟ ਦੀ ਗੱਲ ਵੀ ਕੀਤੀ, ਉਸ ਐਕਟ ਦੇ ਅੰਦਰ ਕੀ ਪ੍ਰੋਵੀਜ਼ਨਸ ਹੈਗੇ ਕਿ ਇਹਨਾਂ ਦੀ ਅਗਰ ਪਲੈਨਿੰਗ ਹੁੰਦੀ ਤਾਂ ਬਹੁਤ ਅੱਛਾ ਕੰਮ ਹੋ ਸਕਦਾ ਸੀ। ਰਕੇਸ਼ ਜੀ, ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਹ ਬਹੁਤ ਹੀ ਬੜੀ ਸਪਸ਼ਟ ਗੱਲ ਹੈ ਕਿ ਚਾਹੇ ਉਹ ਇਕੋਨੋਮੀ ਦਾ ਐਗਰੀਕਲਚਰ ਸੈਕਟਰ ਹੋਵੇ, ਖੇਤੀਬਾੜੀ ਹੋਵੇ ਜਾਂ ਉਦਯੋਗ ਹੋਵੇ ਜਾਂ ਵਪਾਰ ਹੋਵੇ ਜਾਂ ਕੰਸਟਰਕਸ਼ਨ ਸੈਕਟਰ ਹੈਗਾ ਉਹ ਹੋਵੇ ਜਾਂ ਕੋਈ ਹੋਰ ਵੀ ਹੋਵੇ, ਮਜ਼ਦੂਰਾਂ ਤੋਂ ਬਿਨਾਂ, ਕਾਰੀਗਰਾਂ ਤੋਂ ਬਿਨਾਂ ਕੋਈ ਵੀ ਸੈਕਟਰ ਦੇਸ਼ ਦੀ ਇਕੋਨੋਮੀ, ਚਾਹੇ ਦੇਸ਼ ਦੀ ਇਕੋਨੋਮੀ ਹੋਵੇ ਚਾਹੇ ਕਿਸੇ ਰਾਜ ਦੀ ਇਕੋਨੋਮੀ ਹੋਵੇ, ਉਹਦਾ ਵਿਕਾਸ ਨਹੀਂ ਹੋ ਸਕਦਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹ ਮਜ਼ਦੂਰ ਜਿਹੜੇ ਆ ਇਹ ਸਾਡੀ ਇਕੋਨੋਮੀ ਦੀ ਰੀੜ੍ਹ ਦੀ ਹੱਡੀ ਹਨ, ਲੇਕਿਨ ਉਹਨਾਂ ਦੀ ਜਿਹੜੀ ਮਿਹਨਤ ਹੈ, ਉਹਨਾਂ ਦਾ ਜਿਹੜਾ ਪਸੀਨਾ ਹੈ, ਉਹਨਾਂ ਦੀ ਜਿਹੜੀ ਨਿਸ਼ਚੈ ਹੈ, ਉਸ ਨੂੰ ਕੇਂਦਰ ਸਰਕਾਰ ਔਰ ਸਾਡੀਆਂ ਰਾਜ ਸਰਕਾਰਾਂ ਨੇ ਕਦੀ ਵੀ ਉਹਨੂੰ ਪਛਾਣਿਆ ਨਹੀਂ, ਕਦੀ ਵੀ ਉਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਅਗਰ ਗੰਭੀਰਤਾ ਦੇ ਨਾਲ ਲਿਆ ਹੁੰਦਾ ਤਾਂ ਜਿਹੜਾ ਕਿ ਇੰਟਰ ਸਟੇਟ ਮਾਈਗ੍ਰੈਂਟ ਵਰਕਰਸ ਐਕਟ ਬਣਿਆ ਹੋਇਆ ਹੈ ਉਹਦੇ ਮੁਤਾਬਕ ਜੋ ਸਾਰੇ ਵਰਕਰਸ ਦੀ ਰਜਿਸਟ੍ਰੇਸ਼ਨ ਹੋਣੀ ਹੈ ਔਰ ਜਿਹੜੇ ਜਿਸ ਰਾਜ ਤੋਂ ਆਏ ਹਨ ਉਸ ਰਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਕਰੇ ਕਿ ਮੇਰੇ ਦੇ ਰਾਜ ਦੇ ਕਿਹੜੇ ਕਿਹੜੇ ਦੂਸਰੇ ਰਾਜਾਂ ਨੂੰ ਮਜ਼ਦੂਰ ਗਏ ਨੇ ਔਰ ਜਿੱਥੇ ਜਿਨ੍ਹਾਂ ਰਾਜਾਂ ਦੇ ਵਿੱਚ ਗਏ ਨੇ ਉਹਨਾਂ ਰਾਜਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਔਰ ਅਗਰ ਇਹਨਾਂ ਸਾਰੀ ਰਜਿਸਟ੍ਰੇਸ਼ਨ ਅਗਰ ਇਸ ਐਕਟ ਦੇ ਦੌਰਾਨ ਦੇ ਅਨੁਸਾਰ ਕੀਤੀ ਗਈ ਹੁੰਦੀ ਤਾਂ ਕਰੋਨਾ ਕਾਲ ਦੇ ਵਿੱਚ ਜੋ ਮਜ਼ਦੂਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸ਼ਾਇਦ ਉਹ ਨਾ ਕਰਨਾ ਪੈਂਦਾ। ਇਸ ਤੋਂ ਇਹ ਲੱਗਦਾ ਕਿ ਸਰਕਾਰਾਂ ਮਜ਼ਦੂਰਾਂ ਦੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਗੰਭੀਰ ਨਹੀਂ ਹਨ। ਇਸ ਤੋਂ ਇਲਾਵਾ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਹਾਂ, ਇੱਕ ਕੰਸਟਰਕਸ਼ਨ ਐਂਡ ਅਦਰ ਵਰਕਰਸ ਐਕਟ ਹੈ ਜਿਹਦੇ ਵਿੱਚ ਕਿ 1% ਪੈਸਾ ਜਿਹੜਾ ਕੰਸਟਰਕਸ਼ਨ ਦੇ ਪ੍ਰੋਜੈਕਟਸ ਹਨ ਜਾਂ ਹੋਰ ਜਿਹੜੇ ਪ੍ਰੋਜੈਕਟਸ ਹਨ ਉਹਨਾਂ ਦਾ 1% ਸੈਸ ਦੇ ਰੂਪ ਦੇ ਵਿੱਚ ਸਰਕਾਰ ਕਲੈਕਟ ਕਰਦੀ ਹੈ, ਰਾਜ ਸਰਕਾਰਾਂ ਵੀ ਕਰਦੀਆਂ, ਸੈਂਟਰ ਦੀ ਸਰਕਾਰ ਸੈਂਟਰਲ ਗਵਰਨਮੈਂਟ ਵੀ ਕਰਦੀ ਆ ਔਰ ਉਹ ਸਾਰਾ ਪੈਸਾ ਮਜ਼ਦੂਰਾਂ ਦੀ ਭਲਾਈ ਦੇ ਲਈ, ਉਹਨਾਂ ਦੀ ਬਿਮਾਰੀ ਦੇ ਲਈ, ਉਹਨਾਂ ਦੇ ਬੱਚਿਆਂ ਦੇ ਲਈ, ਉਹਨਾਂ ਦੇ ਰੁਜ਼ਗਾਰ ਦੇ ਲਈ, ਵਿੱਦਿਆ ਦੇ ਲਈ ਖਰਚ ਕਰਨਾ ਹੁੰਦਾ ਹੈ। ਔਰ ਇੱਕ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਇਹ ਪੈਸਾ ਦੇਖਿਆ ਹੋਏਗਾ ਕਿ ਕਲੋਨੀਆਂ ਇਲੀਗਲ ਕਲੋਨੀਆਂ ਬਣਦੀਆਂ ਜਾਂਦੀਆਂ ਨੇ ਜਾਂ ਝੁੱਗੀਆਂ ਬਣ ਰਹੀਆਂ ਨੇ। ਅਗਰ ਇਹ ਸਰਕਾਰ ਆਪਣੇ ਇਹ ਇਹਨਾਂ ਦੇ ਲਈ ਮਕਾਨ ਬਣਾਵੇ ਜਾਂ ਉਹਨਾਂ ਦੇ ਲਈ ਉਹਨਾਂ ਨੂੰ ਕਿਰਾਏ 'ਤੇ ਦੇਵੇ ਬਣਾ ਕੇ ਤਾਂ ਇਹ ਸਮੱਸਿਆਵਾਂ ਦਾ ਵੀ ਸ਼ਾਇਦ ਹੱਲ ਹੋ ਸਕਦਾ ਹੈ। ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਈਵਨ ਮਿਨੀਮਮ ਵੇਜਸ ਐਕਟ ਹੈ ਉਹ ਵੀ ਲਾਗੂ ਨਹੀਂ ਹੋ ਰਿਹਾ ਔਰ ਇਸ ਕਰੋਨਾ ਕਾਲ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਇਹਨਾਂ ਦੇ ਲਈ ਹੋਰ ਜਿੰਨੇ ਵੀ ਐਕਟ ਲੇਬਰ ਲੋਸ ਬਣਨੇ ਸੀ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਅਮੈਂਡਮੈਂਟਸ ਕੀਤੀਆਂ ਗਈਆਂ ਔਰ ਇਹਨਾਂ ਦੀ ਭਲਾਈ ਦੇ ਲਈ ਕੰਮ ਕਰਨ ਦੀ ਬਜਾਏ ਉਹਨਾਂ ਨੂੰ ਬਹੁਤ ਡੈਲਿਊਟ ਕੀਤਾ ਗਿਆ ਔਰ ਇਹ ਜਿਹੜੇ ਉਹਨਾਂ ਦੇ ਸਰਮਾਏਦਾਰਾਂ ਦੇ ਹੱਕ ਦੇ ਵਿੱਚ ਜ਼ਿਆਦਾ ਘੰਟਿਆਂ ਦੇ ਵੀ ਵਰਕਿੰਗ ਆਵਰ ਦੇ ਹਿਸਾਬ ਦੇ ਨਾਲ ਵੀ ਔਰ ਸਹੂਲਤਾਂ ਦੇ ਹਿਸਾਬ ਦੇ ਨਾਲ ਵੀ ਔਰ ਜਿਨ੍ਹਾਂ ਇਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਹੁੰਦੀ ਆ ਵੀ ਆਪਣੇ ਰੀਪ੍ਰਜੈਂਟ ਕਰ ਸਕਦੇ ਆ ਜਾਂ ਆਪਣੀ ਯੂਨੀਅਨ ਬਣਾ ਸਕਦੇ ਆ
ਉਹਨਾਂ ਕਾਨੂੰਨਾਂ ਦੇ ਵਿੱਚ ਵੀ ਬਹੁਤ ਡੈਲੂਸ਼ਨ ਕੀਤਾ ਗਿਆ ਔਰ ਇਹਦੇ ਨਾਲ ਇਹ ਜਿਹੜੇ ਮਜ਼ਦੂਰਾਂ ਦੇ ਹੱਕ ਆ ਉਹਨਾਂ ਦੇ ਉੱਪਰ ਇੱਕ ਡਾਕਾ ਮੈਂ ਤਾਂ ਕਹੂੰਗਾ। ਇੱਕ ਤਾਂ ਬਹੁਤ ਗਰੀਬ ਬੰਦੇ ਨੇ ਔਰ ਦੂਸਰਾ ਇਹਨਾਂ ਨੂੰ ਇੱਕ ਆਪਣੀ ਮਿਨੀਮਮ ਵੇਜਿਸ ਵੀ ਨਹੀਂ ਮਿਲ ਰਹੀ ਔਰ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਨਹੀਂ ਹੋ ਰਹੀ ਔਰ ਜਿਹੜਾ ਸਰਕਾਰ ਨੇ ਆਪਣੇ ਇੱਕ ਪੈਕੇਜ ਐਲਾਨ ਕੀਤਾ ਕਿ ਅਸੀਂ ਮਜ਼ਦੂਰਾਂ ਨੂੰ ਕੁਛ ਪੈਸਾ ਦੇਵਾਂਗੇ, ਅਗਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ ਹੋਈ ਤਾਂ ਉਹਨਾਂ ਮਜ਼ਦੂਰਾਂ ਨੂੰ ਜਿਹੜੇ ਕਿ ਬਹੁਤ ਹੀ ਗਰੀਬ ਹਨ ਉਹਨਾਂ ਨੂੰ ਜਿਹੜਾ ਪੈਕੇਜ ਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਉਹਨਾਂ ਨੂੰ ਮਿਲੇਗਾ। ਇਸ ਕਰਕੇ ਸਰਕਾਰਾਂ ਨੂੰ ਇਹਦੇ ਪ੍ਰਤੀ ਬੜਾ ਗੰਭੀਰ ਹੋਣ ਦੀ ਲੋੜ ਹੈ। ਇਹ ਜਿਹੜੀ ਸਾਡੀ ਰੀੜ੍ਹ ਦੀ ਹੱਡੀ, ਆਪਾਂ ਅਸੀਂ ਆਪਣੀ ਰੀੜ੍ਹ ਦੀ ਹੱਡੀ ਨੂੰ ਕਮਜ਼ੋਰ ਨਾ ਕਰੀਏ ਔਰ ਇਹ ਸਰਕਾਰੀ ਅੰਕੜ ਦੇ ਮੁਤਾਬਕ ਜੋ ਅਸੀਂ ਆਮ ਦੇਖਦੇ ਹਾਂ ਕਿ ਦੇਖਿਆ ਗਿਆ ਕਿ ਤਕਰੀਬਨ 40-50 ਕਰੋੜ ਲੋਕ ਸਾਡੇ ਗਰੀਬੀ ਰੇਖਾ ਤੋਂ ਨੀਚੇ ਰਹਿ ਰਹੇ ਹਨ। ਇਹਦਾ ਮਤਲਬ ਇਹ ਹੈ ਕਿ ਉਹਨਾਂ ਜਿਹੜੇ ਬੇਸਿਕ ਮੁੱਢਲੀਆਂ ਜ਼ਰੂਰਤਾਂ ਨੇ ਲੋਕਾਂ ਦੀਆਂ, ਚਾਹੇ ਰੋਟੀ ਦੀ ਸਮੱਸਿਆ ਹੋਵੇ, ਚਾਹੇ ਕੱਪੜੇ ਦੀ ਸਮੱਸਿਆ ਹੋਵੇ, ਚਾਹੇ ਮਕਾਨ ਦੀ ਸਮੱਸਿਆ ਹੋਵੇ, ਉਹ ਵੀ ਉਹ ਆਪਣੇ ਪੂਰੀ ਨਹੀਂ ਕਰ ਸਕਦੇ। ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਬੱਚੇ ਵੀ ਨਹੀਂ ਪੜ੍ਹ ਰਹੇ ਔਰ ਇੱਕ ਪਾਸੇ ਉਹ ਵਰਗ ਹੈ ਜਿਨ੍ਹਾਂ ਦੇ ਲਈ ਬਹੁਤ ਵੱਡੇ ਵੱਡੇ ਸਕੂਲ ਨੇ, ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਬਹੁਤ ਵੱਡੇ ਵੱਡੇ ਅਦਾਰੇ ਨੇ। ਇੱਕ ਉਹ ਮਜ਼ਦੂਰ ਨੇ, ਇੱਕ ਉਹ ਮਜ਼ਦੂਰ ਤਬਕਾ ਤਕਰੀਬਨ 40-50% ਦਾ ਤਬਕਾ ਇੱਦਾਂ ਦਾ ਹੈ ਜਿਨ੍ਹਾਂ ਦੇ ਕੋਲ ਮੁੱਢਲੀਆਂ ਲੋੜਾਂ ਵੀ ਨਹੀਂ ਪੂਰੀਆਂ ਕਰ ਰਹੇ ਔਰ ਉਹਨਾਂ ਦੇ ਕੋਲ ਵਿੱਦਿਆ ਵੀ ਪ੍ਰਾਪਤ ਨਹੀਂ ਕਰ ਰਹੇ। ਔਰ ਮੈਂ ਤਾਂ ਦੱਸਦਾ ਕਿ ਇਸ ਹਿੰਦੁਸਤਾਨ ਦੇ ਵਿੱਚ, ਇਸ ਭਾਰਤ ਦੇ ਵਿੱਚ ਦੋ ਭਾਰਤ ਵੱਸਦੇ ਹਨ, ਇੱਕ ਅਮੀਰਾਂ ਵਾਲਾ ਭਾਰਤ ਵੱਸਦਾ ਹੈ ਔਰ ਇੱਕ ਗਰੀਬਾਂ ਵਾਲਾ ਭਾਰਤ ਵੱਸਦਾ ਹੈ। ਅਮੀਰਾਂ ਦੇ ਭਾਰਤ ਲਈ ਸਰਕਾਰਾਂ ਉਹਨਾਂ ਦੀ ਬੜੀ ਚਿੰਤਾ ਹਮੇਸ਼ਾ ਨੂੰ ਰਹਿੰਦੀ ਆ, ਪਰ ਜਿਹੜਾ ਗਰੀਬਾਂ ਦਾ ਭਾਰਤ ਹੈ ਸ਼ਾਇਦ ਕੇਂਦਰ ਸਰਕਾਰ ਵੀ ਅਤੇ ਰਾਜ ਸਰਕਾਰਾਂ ਵੀ ਉਹਨਾਂ ਦੇ ਲਈ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਮੈਂ ਕਹਿੰਦਾ ਵੀ ਦੇਸ਼ ਦੀ ਜਿਹੜੀ ਇਕੋਨਮੀ ਆ ਉਹਦਾ ਵਿਕਾਸ ਤਾਂ ਹੀ ਹੋ ਸਕਦਾ ਕਿ ਅਸੀਂ ਜੇ ਇਹ ਜਿਹੜੇ ਗਰੀਬ ਲੋਕ ਹੈ ਇਹਨਾਂ ਦੇ ਲਈ ਜੋ ਕਾਨੂੰਨ ਬਣੇ ਆ, ਜੋ ਇਹਨਾਂ ਦੀ ਭਲਾਈ ਦੇ ਕੰਮ ਹੈਗੇ ਉਹਨਾਂ ਨੂੰ ਗੰਭੀਰਤਾ ਦੇ ਨਾਲ ਲਾਗੂ ਕੀਤਾ ਜਾਵੇ ਔਰ ਇਹਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਅਸੀਂ ਸਹਾਈ ਹੋਈਏ ਔਰ ਸਿਰਫ ਜਿਹਨੂੰ ਕਹਿੰਦੇ ਆ ਕਿ ਲਿਪ ਸਰਵਿਸ ਹੈ ਜਿਹੜੀ ਉਹਦੇ ਨਾਲ ਗੱਲ ਨਹੀਂ ਬਣਨੀ। ਇਹ ਅਸੀਂ ਇਹਦੇ ਨਾਲ ਇੱਕ ਹੋਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹੈ ਰਕੇਸ਼ ਜੀ, ਇੱਕ ਬਹੁਤ ਵੱਡਾ ਮਸਲਾ ਬੜੇ ਸਾਲਾਂ ਤੋਂ ਨਹੀਂ ਸ਼ਾਇਦ ਦਹਾਕਿਆਂ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਜਨਸੰਖਿਆ ਦਾ ਮਸਲਾ ਹੈ, ਜਨਸੰਖਿਆ ਇੱਕ ਪਾਸੇ ਆਰਗੂਮੈਂਟ ਦਿੱਤਾ ਜਾਂਦਾ ਕਿ ਸਾਡੇ ਲਈ ਇੱਕ ਐਸੈਟ ਦੇ ਤੌਰ 'ਤੇ ਕੰਮ ਕਰਦਾ, ਲੇਕਿਨ ਅੱਜ ਇਹ ਦੇਖਿਆ ਗਿਆ ਕਿ ਇਹ ਐਸੈਟ ਨਹੀਂ ਹੈ। ਵੱਧਦੀ ਜਨਸੰਖਿਆ ਤਕਰੀਬਨ 130 ਕਰੋੜ ਦੀ ਅਸੀਂ ਗੱਲ ਕਰਦੇ ਹਾਂ, ਕੋਈ 135 ਕਰੋੜ ਕਹਿੰਦਾ, ਇਹਨਾਂ ਨੂੰ 5 ਕਰੋੜ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸ਼ਾਇਦ ਕਈ ਮੁਲਕ ਇੱਦਾਂ ਦੇ ਜਿਹਨਾਂ ਦੀ 5 ਕਰੋੜ, 4 ਕਰੋੜ, 6 ਕਰੋੜ ਜਨਤਾ ਆ, ਬਿਲਕੁਲ ਠੀਕ, ਪਰ ਅਸੀਂ 130 ਕਰੋੜ ਕਦੀ ਕਹਿੰਦੇ, ਕਦੇ 125 ਕਰੋੜ ਕਹਿੰਦੇ, ਕਦੇ 135 ਕਰੋੜ ਕਹਿੰਦੇ ਹਾਂ। ਇਹ ਇੱਕ ਪਾਸੇ ਤਾਂ ਸਾਡੇ ਕੋਲ ਸਾਧਨ ਹੈ ਨਹੀਂ, ਸੀਮਤ ਸਾਧਨ ਆ। 40-50 ਕਰੋੜ ਲੋਕ ਤਾਂ ਸਾਡੇ ਗਰੀਬੀ ਰੇਖਾ ਤੋਂ ਹੇਠ ਆ ਰਹੇ, ਉਹ ਤਾਂ ਰੋਟੀ ਨਹੀਂ ਦੇ ਰਹੇ, ਔਰ ਦੂਜੇ ਪਾਸੇ ਸਰਕਾਰ ਪਾਪੂਲੇਸ਼ਨ ਕੰਟਰੋਲ ਨਹੀਂ ਕਰ ਰਹੀ। ਅਗਰ ਸਾਡੇ ਘਰ ਦੇ ਵਿੱਚ ਮੇਰੇ ਕੋਲ ਸਾਧਨ ਨਹੀਂ ਤਾਂ ਮੈਂ ਜ਼ਿਆਦਾ ਬੱਚਿਆਂ ਨੂੰ ਰੋਟੀ ਨਹੀਂ ਖਿਲਾ ਸਕਦਾ, ਉਹਨਾਂ ਦਾ ਖਿਆਲ ਨਹੀਂ ਕਰ ਸਕਦਾ, ਉਹਨਾਂ ਨੂੰ ਵਿੱਦਿਆ ਨਹੀਂ ਦੇ ਸਕਦਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਪਾਪੂਲੇਸ਼ਨ ਇਸ਼ੂ ਹੈ ਉਹ ਬਹੁਤ ਸੀਰੀਅਸ ਮੁੱਦਾ ਹੈ ਅਤੇ ਉਹ ਸਟੇਟ ਜਾਂ ਕਿਸੇ ਕੰਟਰੀ ਦੀ ਇਕੋਨਮੀ 'ਤੇ ਬਹੁਤ ਫਰਕ ਪੈਂਦਾ, ਤਾਂ ਉਸ 'ਤੇ ਬਹੁਤ ਸੀਰੀਅਸਲੀ ਇਮੀਡੀਏਟਲੀ ਉਹਨੂੰ ਸੋਚਣਾ ਚਾਹੀਦਾ, ਕਿਉਂਕਿ ਮਹਾਂਮਾਰੀ ਜਿਹੜੀ ਹੈ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਮੈਸੇਜ ਦੇ ਕੇ ਜਾ ਰਹੀ ਹੈ ਕਿ ਪਾਪੂਲੇਸ਼ਨ ਨੂੰ। ਰਕੇਸ਼ ਜੀ, ਤੁਸੀਂ ਬਹੁਤ ਹੀ ਗੰਭੀਰ ਸਵਾਲ ਕੀਤਾ ਹੈ, ਇਹ ਵਾਕਿਆ ਹੀ ਗੰਭੀਰ ਸਵਾਲ ਹੀ ਨਹੀਂ ਹੈ, ਗੰਭੀਰ ਮਸਲਾ ਹੈ ਹਿੰਦੁਸਤਾਨ ਦੇ ਸਾਹਮਣੇ। ਅਸੀਂ ਆਪਣੀ ਜਨਤਾ ਜਿਹੜੀ ਇਸ ਵੇਲੇ ਜਨਤਾ ਹੈਗੀ ਆ ਉਹਨੂੰ ਰੋਟੀ ਨਹੀਂ ਦੇ ਰਹੇ, ਉਹਨਾਂ ਨੂੰ ਇੰਪਲਾਇਮੈਂਟ ਨਹੀਂ ਦੇ ਰਹੇ, ਸਾਡੇ ਬੱਚੇ ਵਿਦੇਸ਼ਾਂ ਵੱਲ ਜਾ ਰਹੇ ਆ, ਵਿੱਦਿਆ ਨਹੀਂ ਦੇ ਰਹੇ, ਬੱਚੇ ਬਹੁਤ ਸਾਰੇ ਇੰਗਲੈਂਡ, ਅਮਰੀਕਾ, ਕਨੇਡਾ ਪੜ੍ਹਾਈ ਦੇ ਲਈ ਜਾ ਰਹੇ ਆ, ਰੁਜ਼ਗਾਰ ਲਈ ਜਾ ਰਹੇ ਆ, ਸਾਡੇ ਜਿਹੜੇ ਮਿਡਲ ਈਸਟ ਕੰਟਰੀ ਉਹਨਾਂ ਵਿੱਚ ਜਾ ਰਹੇ ਆ, ਔਰ ਚਾਈਨਾ ਦੀ ਮਿਸਾਲ ਸਾਡੇ ਸਾਹਮਣੇ ਆ, ਚਾਈਨਾ ਦੀ ਮਿਸਾਲ ਸਾਡੇ ਸਾਹਮਣੇ। ਚਾਈਨਾ ਨੇ ਗੰਭੀਰਤਾ ਨੂੰ, ਵੱਧਦੀ ਸਮੱਸਿਆ ਜਿਹੜੀ ਜਨਸੰਖਿਆ ਦੀ ਆ ਉਹਨੂੰ ਐਡਮਿਟ ਕਰਦੇ ਹੋਏ, ਮੰਨਦੇ ਹੋਏ, ਅਹਿਸਾਸ ਕਰਦੇ ਹੋਏ ਉਹਨਾਂ ਨੇ ਵਨ ਚਾਈਲਡ ਨੋਰਮ ਬਣਾ ਦਿੱਤਾ ਕਿ ਵੀ ਅਸੀਂ ਇੰਨੀ ਜ਼ਿਆਦਾ ਜਨਸੰਖਿਆ ਨੂੰ ਅਫੋਰਡ ਨਹੀਂ ਕਰ ਸਕਦੇ। ਲੇਕਿਨ ਹਿੰਦੁਸਤਾਨ ਦੀ ਸਰਕਾਰ ਜਾਂ ਰਾਜ ਸਰਕਾਰਾਂ ਇਹਦੇ ਪ੍ਰਤੀ ਗੰਭੀਰ ਨਹੀਂ ਆ। ਸਾਡੇ ਕੋਲ ਪਾਪੂਲੇਸ਼ਨ ਦੀ ਪੋਲਿਸੀ ਕੋਈ ਨਹੀਂ ਹੈ, ਸਾਡੇ ਕੋਲ ਪਾਪੂਲੇਸ਼ਨ ਦੀ ਪੋਲਿਸੀ ਕੋਈ ਨਹੀਂ ਹੈ। ਸਭ ਤੋਂ ਵੱਡੀ ਸਾਡੇ ਕੋਲ ਜਿਹੜੀ ਜ਼ਰੂਰਤ ਅੱਜ ਦੀ ਹੈ ਕਿ ਸਾਡੇ ਕੋਲ ਪਾਪੂਲੇਸ਼ਨ ਪੋਲਿਸੀ ਹੋਵੇ, ਔਰ ਜੇ 2 ਜਾਂ 3 ਬੱਚਿਆਂ ਤੋਂ ਜ਼ਿਆਦਾ ਬੱਚੇ ਹੋਣ
ਉਹਨਾਂ ਦੇ ਲਈ ਜੋ ਸਹੂਲਤਾਂ ਮਿਲਣੀਆਂ ਉਹ ਬੰਦ ਕੀਤੀਆਂ ਜਾਣ, ਤਾਂ ਕਿ ਚਾਈਨਾ ਨੇ ਜਿੱਦਾਂ ਆਪਣੇ ਦੇਸ਼ ਦੇ ਵਿੱਚ ਕੰਟਰੋਲ ਕੀਤਾ ਪਾਪੂਲੇਸ਼ਨ ਨੂੰ, ਹਿੰਦੁਸਤਾਨ ਵੀ ਆਪਣਾ ਭਾਰਤ ਦੇਸ਼ ਵੀ ਉਹਨੂੰ ਕੰਟਰੋਲ ਕਰ ਸਕੇ। ਔਰ ਇਹ ਅੰਕੜੇ ਵੀ ਆਉਂਦੇ ਆ ਸਾਰਿਆਂ ਨੂੰ, ਇੱਕ ਆਮ ਗੱਲ ਹੈ ਕਿ ਮੇਰਾ ਖਿਆਲ 2050 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਚਾਈਨਾ ਦੀ ਪਾਪੂਲੇਸ਼ਨ ਦੇ ਨਾਲੋਂ ਵੱਧ ਜਾਏਗੀ। ਔਰ ਇੱਕ ਪਾਸੇ ਸਾਡੇ ਕੋਲ ਨੌਕਰੀਆਂ ਹੈ ਨਹੀਂ, ਸਕੂਲ ਕਾਲਜ ਹੈ ਨਹੀਂ, ਅੱਛੀ ਵਿੱਦਿਆ ਹੈ ਨਹੀਂ, ਔਰ ਉਸ ਤੋਂ ਬਾਅਦ ਮਕਾਨ ਹੈ ਨਹੀਂ। ਅਤੇ ਅਸੀਂ ਗੱਲ ਕਰਦੇ ਹਾਂ ਅਸੀਂ ਸੁਪਰ ਪਾਵਰ ਬਣਨਾ ਚਾਹੁੰਦੇ ਹਾਂ, ਅਸੀਂ ਵਰਲਡ ਗੁਰੂ ਬਣਨਾ ਚਾਹੁੰਦੇ ਹਾਂ, ਮੈਨੂੰ ਤਾਂ ਪਤਾ ਨਹੀਂ ਵੀ ਵਰਲਡ ਗੁਰੂ ਕਿਉਂ ਕਹਿੰਦੇ ਆ, ਵਿਸ਼ਵ ਗੁਰੂ ਬਣ ਗਿਆ ਅਤੇ ਆਪਣੇ ਪਾਪੂਲੇਸ਼ਨ ਦਾ ਤਾਂ ਖਿਆਲ ਨਹੀਂ ਰੱਖਿਆ ਜਾਂਦਾ ਹਿੰਦੁਸਤਾਨ ਦੀ ਸਰਕਾਰਾਂ ਕੋਲੋਂ। ਇਹ ਤਾਂ ਭੁੱਖੇ ਲੋਕ ਨੇ ਔਰ ਸਕੂਲਾਂ ਵਿੱਚ ਨਹੀਂ ਜਾ ਰਹੇ, ਔਰ ਵਿਸ਼ਵ ਗੁਰੂ ਬਣਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ। ਸੋ ਇਹ ਤਾਂ ਬਹੁਤ ਗੰਭੀਰ ਮਸਲਾ ਹੈ। ਪਾਪੂਲੇਸ਼ਨ 'ਤੇ ਕੰਟਰੋਲ ਕਰੋ, ਗਰੀਬੀ ਨੂੰ ਦੂਰ ਕਰੋ, ਇੰਪਲਾਇਮੈਂਟ ਪੈਦਾ ਕਰੋ, ਔਰ ਇਹਦੇ ਲਈ ਕੋਈ ਖਾਸ ਨੀਤੀ ਬਣਾਓ। ਔਰ ਜਿੰਨੇ ਵੀ ਇਹਨਾਂ ਦੇ ਮਜ਼ਦੂਰਾਂ ਦੇ ਪ੍ਰਤੀ ਜਿਹੜੇ ਕਾਨੂੰਨ ਬਣੇ ਨੇ, ਚਾਹੇ ਉਹ ਇੰਟਰਸਟੇਟ ਮਾਈਗ੍ਰੈਂਟ ਵਰਕਰ ਦਾ ਇਸ਼ੂ ਹੈ, ਚਾਹੇ ਉਹ ਮਿਨੀਮਮ ਵੇਜਿਸ ਦਾ ਇਸ਼ੂ ਹੈ, ਚਾਹੇ ਉਹ ਮਜ਼ਦੂਰਾਂ ਦੇ ਅਧਿਕਾਰਾਂ ਦਾ ਇਸ਼ੂ ਹੈ, ਚਾਹੇ ਜਿਹੜੇ ਕੰਮ ਕਰਨ ਦੇ ਘੰਟੇ ਉਹਨਾਂ ਦਾ ਇਸ਼ੂ ਹੈ, ਵਰਕਿੰਗ ਆਵਰ ਦਾ ਇਸ਼ੂ ਹੈ, ਚਾਹੇ ਜੋ ਬਾਕੀ ਜੋ ਸਹੂਲਤਾਂ ਹੈਗੀਆਂ ਉਹਦਾ ਇਸ਼ੂ ਹੈ, ਚਾਹੇ ਇਹਨਾਂ ਦੀ ਰਜਿਸਟ੍ਰੇਸ਼ਨ ਦਾ ਇਸ਼ੂ ਹੈ। ਜਦ ਤੱਕ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਬਹੁਤ ਵਧੀਆ ਕੰਟਰੀ ਦੇ ਤੌਰ 'ਤੇ ਆਪਣੇ ਆਪ ਨੂੰ ਕਹਿਣ ਦੇ ਵਿੱਚ ਫਕਰ ਮਹਿਸੂਸ ਕਰਾਂਗੇ। ਔਰ ਇਹਨਾਂ ਮਜ਼ਦੂਰਾਂ ਦਾ ਖਿਆਲ ਬਹੁਤ ਰੱਖਣਾ ਜ਼ਰੂਰੀ ਆ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਖੇਤੀਬਾੜੀ ਦਾ ਵਿਕਾਸ ਹੋਵੇ, ਸਾਡੇ ਉਦਯੋਗਾਂ ਦਾ ਵਿਕਾਸ ਹੋਵੇ, ਸਾਡੇ ਵਪਾਰ ਦਾ ਵਿਕਾਸ ਹੋਵੇ, ਸਾਡੀ ਜਨਤਾ ਦਾ ਵਿਕਾਸ ਹੋਵੇ, ਕਿਉਂਕਿ ਇੱਕ ਡੈਮੋਕ੍ਰੇਸੀ ਜਿਹੜਾ ਲੋਕਤੰਤਰ ਹੈ ਉਹ ਇਹ ਚਾਹੁੰਦਾ ਆ ਕਿ ਮੇਰੇ ਜਿੰਨੇ ਵੀ ਬਛਿੰਦੇ ਆ, ਚਾਹੇ ਅਮੀਰ ਹੋਣ ਚਾਹੇ ਗਰੀਬ ਹੋਣ, ਉਹਨਾਂ ਸਾਰਿਆਂ ਦਾ ਵਿਕਾਸ ਹੋਵੇ, ਕੋਈ ਬੰਦਾ ਰੁਜ਼ਗਾਰ ਤੋਂ ਬਿਨਾਂ ਨਾ ਹੋਵੇ, ਕੋਈ ਬੰਦਾ ਭੁੱਖਾ ਨਾ ਹੋਵੇ, ਕੋਈ ਬੰਦਾ ਵਿੱਦਿਆ ਤੋਂ ਬਿਨਾਂ ਨਾ ਰਹੇ। ਅਗਰ ਜਦ ਤੱਕ ਇਹ ਸਾਡੀਆਂ ਮੁੱਖ, ਅਸੀਂ ਤਾਂ ਅੱਜ ਵੀ ਰੋਟੀ ਕੱਪੜਾ ਮਕਾਨ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਇੱਕ ਪਾਸੇ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ, ਸੁਪਰ ਪਾਵਰ ਬਣਨ ਦੀਆਂ ਗੱਲਾਂ ਕਰਦੇ ਹਾਂ, ਲੇਕਿਨ ਦੂਸਰੇ ਪਾਸੇ ਸਾਡੀ ਜਿਹੜੀ ਜਨਤਾ ਹੈ, ਤਕਰੀਬਨ 50% ਜਨਤਾ ਦੇ ਕੋਲ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਸਾਧਨ ਹੈ, ਲੇਕਿਨ ਸਿਰਫ ਲਿਪ ਸਰਵਿਸ ਦੇ ਨਾਲ, ਭਾਸ਼ਣਾਂ ਦੇ ਨਾਲ ਸਿਰਫ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਗੰਭੀਰ ਯਤਨ ਕਰਨ ਦੀ ਲੋੜ ਹੈ ਤਾਂ ਕਿ ਸਾਡੀ ਇਕੋਨਮੀ ਅੱਗੇ ਵਿਕਾਸ ਕਰੇ, ਔਰ ਸਾਡੇ ਲੋਕ ਜਿਹੜੇ ਗਰੀਬ ਆ ਉਹ ਗਰੀਬੀ ਰੇਖਾ ਤੋਂ ਉੱਪਰ ਉੱਠਣ। ਮੇਰਾ ਖਿਆਲ ਹੈ ਕਿ 70 ਸਾਲਾਂ ਦੇ ਵਿੱਚ ਸਾਡੀ ਗਰੀਬੀ ਰੇਖਾ ਤਕਰੀਬਨ ਉੱਥੇ ਹੀ ਖੜ੍ਹੀ ਆ ਹਾਲੇ ਵੀ। ਇਹ ਬਹੁਤ ਹੀ ਗੰਭੀਰ ਔਰ ਚਿੰਤਾ ਦਾ ਵਿਸ਼ਾ ਹੈ, ਜਿਹਦੇ ਲਈ ਸਰਕਾਰਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਲੋੜ ਹੈ। ਇੰਡੀਆ ਕਾਲਿੰਗ 'ਤੇ ਇਹ ਬਹੁਤ ਜਿਹੜਾ ਮੁੱਦਾ ਸੀ, ਗੰਭੀਰ ਮੁੱਦਾ, ਅਸੀਂ ਅੱਜ ਓਮਕਾਰਨਾਥ ਜੀ ਨਾਲ ਗੱਲ ਕੀਤੀ ਅਤੇ ਅਸੀਂ ਓਮਕਾਰਨਾਥ ਜੀ ਵਰਗੇ ਐਕਸਪਰਟ ਨਾਲ ਅਸੀਂ ਅੱਗੇ ਵੀ ਇਹੋ ਜਿਹੀ ਗੱਲਾਂ ਔਰ ਇਹੋ ਜਿਹੇ ਮੁੱਦਿਆਂ 'ਤੇ ਗੱਲਾਂ ਜਾਰੀ ਰੱਖਾਂਗੇ। ਇੰਡੀਆ ਕਾਲਿੰਗ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।